सरकारी एजेंसी हैफे द्वारा सरसों की खरीद पुनः शुरू न करने और खाली बारदाने की कमी को लेकर किसानों को आ रही परेशानी के चलते किसानों ने बुधवार को किसान यूनियन के प्रधान गुरदास सिंह लकड़वाली के नेतृत्व में सरकार के खिलाफ नारेबाजी कर रोष जताया और एसडीएम मनोज खत्री को मुख्यमंत्री के नाम ज्ञापन सौंपा गया किसान नेता गुरदास सिंह ने बताया कि हेफे द्वारा कुछ दिन पूर्व सरसों की सरकारी खरीद बंद कर दी थी और 8 मई को दोबारा से शुरू करने का आश्वासन किसानों को दिया था आज जब किसान सर सो की खरीद करने संबंध पता करने गए तो अब सरसों की खरीद 10 मई को करने की बात कही जिसके बाद किसानों में रोष पैदा हो गया इसके अलावा खाली बारदाने की कमी के चलते किसानों की गेहूं कई दिनों से अनाज मंडी में खुले आसमान तले पड़ी है न्यू न्यूज फॉर यूक्रलिय सिरसा से डॉक्टर गुलाब सिंह के साथ कालावाली से चानन सिंह की रिपोर्ट कारने की तीस तरीक बजे शाम बंद करती सरसों इन्होंने ਉਸ ਦਿਨ ਕਿਹਾ ਸੀ ਵੀ 8 ਤਰੀਕ ਨੂੰ ਖਰੀਦ ਕਰਾਂਗੇ ਅੱਜ 8 ਤਰੀਕ ਨੂੰ ਆਏ ਆ ਤਾਂ ਦੇ 10 ਤਰੀਕ ਨੂੰ ਖਰੀਦ ਕਰਾਂਗੇ ਇਹ ਖਰੀਦ ਹੀ ਨਹੀਂ ਕਰ ਰਹੀ ਇਹ ਵੋਟਾਂ ਟਪਾ ਰਹੀ ਹੈ ਸਰਕਾਰ ਹੈ ਜਿਹੜੀ ਇਹ ਕਿਸਾਨ ਵਿਰੋਧੀ ਸਰਕਾਰ ਹੈ ਕਿਸਾਨਾਂ ਦੇ ਹਰ ਮੁੱਦੇ ਤੇ ਫੇਲ ਹੈ ਇਹ ਕਿਸਾਨਾਂ ਦੇ ਕਿਉਂਕਿ ਜਿਹੜਾ ਕਿਸਾਨ ਦੀ ਫਸਲ ਹੈ ਇਸ ਟਾਈਮ ਤੇ ਆਈ ਹੈ ਕਣਕ ਪਈ ਹੈ ਤਾਂ ਬਾਰਦਾਨਾ ਨਹੀਂ ਮਿਲ ਰਿਹਾ ਸਾਨੂੰ ਕਣਕ ਸਾਡੀ ਤੁਲ ਨਹੀਂ ਰਹੀ ਬਾਰਦਾਨਾ ਨਾ ਮਿਲਣੇ ਕਾਰਨ ਸਰ੍ਹੋਂ ਐ ਜਿਹੜੀ ਉਹ ਸਾਡੀ ਸਰੋਂ ਐ ਜਿਹੜੀ ਘਰਾਂ ਚ ਪਈ ਐ ਉਹ ਨਹੀਂ ਲੈ ਰਹੇ ਕਿ ਆਨਲਾਈਨ ਕਿਉਂ ਕੀਤਾ ਸੀਗਾ ਜੇ ਸਰਕਾਰ ਨੇ ਸਾਡੀ ਸਰੋਂ ਲੈਣੀ ਨਹੀਂ ਸੀਗੀ ਤਾਂ ਅਸੀਂ ਇਸ ਕਰਕੇ ਕੀਤਾ ਕਿ ਜੇਕਰ ਸਰਕਾਰ ਨੇ ਸਾਡੀ ਸਰੋਂ ਤੜਕੇ ਸਵੇਰ ਨਾ ਖਰੀਦ ਕੀਤੀ ਤਾਂ ਕੱਲ ਨੂੰ 11 ਵਜੇ ਅਸੀਂ ਮੰਡੀ ਦੇ ਗੇਟ ਬੰਦ ਕਰਾਂਗੇ ਅਸੀਂ ਉੱਥੇ ਧਰਨਾ ਦੇਵਾਂਗੇ ਕੁਝ ਵੀ ਹੋ ਜਾਏ ਚਾਹੇ ਸਰਕਾਰ ਸਾਨੂੰ ਉੱਥੇ ਮਾਰੇ ਛੱਡੇ ਕੁਝ ਕਰੇ ਸਾਨੂੰ ਕੋਈ ਉਹ ਚੀਜ਼ ਦਾ ਨਹੀਂਗਾ ਅਸੀਂ ਪਰ ਆਪਣੀ ਫਸਲ ਵੇਚਣੀ ਵੇਚਣੀ ਹੈ। ਇਹ ਆਮ ਕਿਸਾਨ ਹੈ ਜਿਮੀਦਾਰ ਨੂੰ ਪ੍ਰਸੰਨ ਕਰ ਰਿਹਾ 1 ਕਿਲੋ ਨਹੀਂ ਆਨਲਾਈਨ ਕਰਵਾ ਕੇ ਲਈ ਇਹਨਾਂ ਨੇ। ਹੂੰ ਕੋਈ 700 ਨਹੀਂ ਲਈ ਸਾਡੀ। ਬਾਰ-ਬਾਰ ਡੇਟ ਵਧਾਈ ਜਾਂਦੇ ਹਨ ਵੋਟਾਂ ਦਾ ਟਾਈਮ ਟਬਾਈ ਜਾਂਦਾ। ਕਹਿੰਦੇ ਆ ਜੀ ਅਗਲੀ ਡੇਟ ਦੇ ਦਿੰਦੇ ਆ ਗਿੱਲੀ ਆ ਕਦੇ ਆਉਂਦੇ ਅਗਲੇ ਗਾਹਾਂ ਦੇ ਦਿੰਦੇ ਆ 1 ਕਿਲੋ ਨਹੀਂ ਲਈ ਇਹਨਾਂ ਨੇ। ਤੁਸੀਂ ਆਨਲਾਈਨ ਕਰਵਾ ਚੁੱਕੇ ਹੋ? ਆਨਲਾਈਨ ਕਰਵਾ ਚੁੱਕੇ ਆ ਸਾਰੀ। ਕੀ ਕਹਿੰਦੇ ਕੀ ਹੈਗੇ? ਬਸ ਡੇਟ ਵਧਾਉਂਦੇ ਆ ਕਦੇ ਕਹਿੰਦੇ ਤੁਹਾਡੇ ਚ ਮੋਚ ਵੋਟ ਡਾਲਾਂਗੇ ਖਿਲਾਫ ਡਾਲਾਂਗੇ ਜੇ ਇਸ ਤਰ੍ਹਾਂ ਦੇ ਪ੍ਰੋਗਰਾਮ ਬੜਿਆ ਗਵਰਨਮੈਂਟ ਦਾ।